ਕੋਈ ਭੰਗੜੇ ਪਾਉਂਦਾ ਜਾਂ ਨਾ ਪਾਏ ਤੁਹਾਡੀ ਮਹਿੰਦੀ ਤੇ ਮੈਂ ਤੇ ਪਾਉਂਦਾ ਲੇਕਿਨ ਤੁਹਾਡਾ ਜਿਹੜਾ ਨਾ ਪਿਛਲਾ ਬਦਲਾ ਰਹਿੰਦਾ ਪਾਪਾ ਜੀ ਨੇ ਤੁਹਾਡੇ ਨਾਲ ਪ੍ਰੈਂਕ ਕੀਤਾ ਸੀ ਠੀਕ ਹੈ ਯਾਰ ਜੇ ਨਾ ਤੇ ਹੁਣ ਜਿਹੜਾ ਨਾ ਬਦਲਾ ਲਈਏ ਫਿਰ ਤੁਸੀਂ ਜਿਹੜਾ ਨਾ ਕਮਾਲ ਦੀ ਐਕਟਿੰਗ ਕਰਨੀ ਹੈ ਤੁਸੀਂ ਬਸ ਪਾਪਾ ਜੀ ਨੂੰ ਕੀ ਕਹਿਣਾ ਕਿ ਮੈਂ ਸ਼ਾਦੀ ਕਰਨੀ ਹੀ ਕਰਨੀ ਹੈ ਓਕੇ ਹੋ ਗਿਆ ਓਕੇ ਹਾਂ ਓਕੇ ਹੋ ਗਿਆ ਦਾਦਾ ਪੁੱਤ ਮਾਨ ਵੀ ਗਿਆ ਮੇਰੀ ਗੱਲ ਸੁਣ ਤੂੰ ਮੈਨੂੰ ਆਨਾ ਜਿਹਦੇ ਉਹਨੇ ਗੱਲ ਸੁਣਨੀ ਹੈ ਤੇ ਉਹਨੇ ਤਪ ਜਾਣਾ ਤੇ ਫਿਰ ਤੈਨੂੰ ਲਿੱਤਰ ਪੈਣੇ ਨੇ ਉਹ ਤੂੰ ਉਹਨਾਂ ਵੇਲੇ ਮੋਬਾਈਲ ਨਾ ਸਟ ਬਟ ਕਰਨੇ ਲਗਾਈਏ ਦੇਖੀ ਆਪਣਾ ਸਟੈਂਡ ਹੈ ਠੀਕ ਹੈ ਯਾਰ ਯੇ ਨਾ ਸਪੀਕਰ ਇਧਰ ਰੱਖਦੇ ਹੈ ਠੀਕ ਹੈ ਇਸਕੇ ਬਾਅਦ ਨਾ ਪਈ ਆਪਣਾ ਸਟੈਂਡ ਲਗਾ ਕੇ ਮੋਬਾਈਲ ਲਗਾ ਕੇ ਨਾ ਯਹਾਂ ਸੇ ਯਾਰ ਸਿਰਫ ਨਾ ਇਸਕੇ ਕੈਮਰੇ ਹੀ ਇਸ ਤਰ੍ਹਾਂ ਨਜ਼ਰ ਆਏਂਗੇ ਯੇ ਦੇਖੇ ਇਸ ਤਰ੍ਹਾਂ ਵਾਹ ਯਾਰ ਕਿਉਂਕਿ ਇਸਕਾ ਵੀ ਕਲਰ ਗ੍ਰੇ ਹੈ ਔਰ ਯਾਰ ਯੇ ਵੀ ਬਲੈਕ ਹੈ ਕੋਈ ਇਤਨਾ ਪਤਾ ਨਹੀਂ ਚਲਤਾ ਲੈਟਸ ਗੋ ਜਲਦੀ ਜਲਦੀ ਕਰਤੇ ਆ ਵਾਹ ਵਾਹ ਇਸੇ ਪਹਿਲੇ ਕਿ ਪਾਪਾ ਜੀ ਆ ਜਾਏ ਚਲੇ ਚਲੇ ਯੇ ਦੇਖੀ ਆਪਾਂ ਨੇ ਆਪਕੇ ਬਾਈ ਨੇ ਯਾਰ ਸਟੈਂਡ ਲਗਾ ਦਿਆ ਵਾਹ ਉੱਪਰ ਯਾਰ ਮੋਬਾਈਲ ਹੈ ਕੀ ਬਾਤ ਹੈ ਯਾਰ ਇਸਕੋ ਨਾ ਥੋੜਾ ਸਾ ਸਾਈਡ ਪੇ ਕਰਦੇ ਹਾਂ ਠੀਕ ਹੈ ਇਸ ਤਰ੍ਹਾਂ ਯਾਰ ਪਾਪਾ ਜੀ ਕੋ ਨਜ਼ਰ ਨਹੀਂ ਆਏਗਾ ਅਗਰ ਯਾਰ ਆਪਾਂ ਨੇ ਸੋਫੇ ਪੇ ਯਾਰ ਬੰਦਾ ਬੈਠਾ ਹੋ ਔਰ ਸਾਹਮਣੇ ਦੇਖੀ ਯਾਰ ਉਹ ਪਰਦਿਆਂ ਉਨਕੇ ਪਿੱਛੇ ਮੋਬਾਈਲ ਲਗਾਓ ਔਰ ਯਾਰ ਨਹੀਂ ਪਤਾ ਚਲਦਾ ਆਪਕਾ ਬਾਈ ਨਾ ਉਧਰ ਯਾਰ ਲਗਾਣੇ ਲਗਾ ਠੀਕ ਹੈ ਮੋਬਾਈਲ ਪਰਦੂ ਕੇ ਪਿੱਛੇ ਫਿਰ ਯਾਰ ਪਾਪਾ ਜੀ ਕੋ ਸ਼ੱਕ ਵੀ ਨਹੀਂ ਪੜਗਾ ਠੀਕ ਹੈ ਉਨਕਾ ਸਿੱਧਾ ਧਿਆਨ ਜਾਏਗਾ ਦਾਦੂ ਕੀ ਤਰਫ ਸਹੀਗਾ ਲੈ ਉਹਨਾਂ ਨੂੰ ਤਪਾ ਕੇ ਛੱਡਣਾ ਬੜਾ ਹਰਾਮ ਹੀ ਹੋ ਬੇਟਾ ਅਬ ਯਾਰ ਪਾਪਾ ਜੀ ਨਾ ਆਣੇ ਲੱਗਿਆ ਠੀਕ ਹੈ ਯਾਰ ਅਬੀ ਨਾ ਬੈਠ ਕੇ ਇੰਤਜ਼ਾਰ ਕਰਦੇ ਆ ਦਾਦੂ ਕਮਾਲ ਦੀ ਐਕਟਿੰਗ ਕਰਨੀ ਜੇ ਸਿਗਲੇ ਉਹਨਾਂ ਨੂੰ ਤਪ ਚੜਾਣੀ ਜੇ ਲੈਟਸ ਗੋ ਚਲੋ ਮੇਰਾ ਵੀ ਦਿਲ ਕਰਦਾ ਵਾ ਦੋ ਰਿਸ਼ਤੇ ਆਏ ਨੇ ਤੇ ਮੈਂ ਆਖਿਆ ਚਲੋ ਸ਼ਾਦੀ ਕਰ ਹੀ ਲਈਏ ਯਾਰ ਤੇ ਫੇਰ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਯਾਰ ਸ਼ਾਦੀ ਕਰਨੀ ਜੇ ਯਾਰ ਹੁਣ ਉਹ ਲਾਪੂ ਮੈਨੂੰ ਫੋਨ ਕੀਤਾ ਮੈਂ ਕਿਹੜਾ ਉਹਨਾਂ ਨੂੰ ਆਖਿਆ ਤੇ ਕਰ ਲਓ ਇਹਦੇ ਕਿਹੜੀ ਕੋਈ ਗਲਤ ਗੱਲ ਸੁਣਨਾ ਤੇ ਗੱਲ ਆ ਗਿਆ ਦੇਖੋ ਇਹਦੇ ਕਿਹੜਾ ਕੋਈ ਮਸਲਾ 2016 ਜਦੋਂ ਮੰਮੀ ਹੋਰੀ ਫੋਤ ਹੋਏ ਨੇ ਸਾਰਿਆਂ ਨਾਲ ਪਹਿਲਾ ਬੰਦਾ ਮੈਂ ਵਾ ਜਿਹਨੇ ਤੁਹਾਨੂੰ ਕਿਹਾ ਸੀ ਕਿ ਸ਼ਾਦੀ ਕਰ ਲਓ ਮੈਂ ਕਰਨਾ ਉਦੋਂ ਨਹੀਂ ਸੀ ਮੇਰਾ ਮੂਡ ਸਮਝ ਲੈ ਯਾਰ ਤਾਂ ਹੁਣ ਕੀ ਕੋਈ ਚੰਨ ਦੀ ਪਰੀ ਲੈ ਵੀ ਆਏ ਧੱਕੇ ਫਸ ਗਏ ਓਏ ਆ ਚੰਗੀਆਂ ਨੇ ਉਹ ਬਸ ਦੋ ਇੱਕ ਨਾ ਕਰਨਾ ਜੀ ਕਿ ਦੋ ਬਣਾ ਲੈ ਗੱਲ ਪਤਾ ਕੀ ਸ਼ਾਦੀ ਜਵਾਨੀ ਤਾਂ ਕਰਨੀ ਚਾਹੀਦੀ ਬੰਦੇ ਨੇ ਟਾਈਮ ਨਾਲ ਕਰ ਲੈਣੀ ਲੇਕਿਨ ਵਡੇਰੀ ਉਮਰ ਜਾ ਕੇ ਅਗਰ ਕੋਈ ਇੰਨਾ ਮਸਲਾ ਬਣ ਜਾਵੇ ਅੱਲਾ ਨਾ ਕਰੇ ਕੋਈ ਵਾਧਾ ਘਾਟਾ ਹੋ ਜਾਵੇ ਜਿਸ ਤਰ੍ਹਾਂ ਵਲਦਾ ਰਿਫੋਤ ਹੋ ਗਏ ਤੁਹਾਨੂੰ ਉਦੋਂ ਮੈਂ ਇਹ ਗੱਲ ਸਮਝਾਈ ਸੀ ਕਿ ਉਦੋਂ ਸ਼ਾਦੀ ਕਰ ਲੈਣੀ ਚਾਹੀਦੀ ਹੈ ਕਿਉਂ
ਕਿ ਅਸਲ ਜਿਹੜੀ ਜ਼ਰੂਰਤ ਹੁੰਦੀ ਹੈ ਨਾ ਮੀਆਂ ਬੀਵੀ ਦੀ ਸਾਥੀ ਦੀ, ਉਹ ਵਡੇਰੀ ਉਮਰ ਚ ਹੁੰਦੀ ਹੈ। ਹੁਣ ਮੇਰੀ ਗੱਲ ਸੁਣੋ, ਮੇਰਾ ਵਿਆਹ ਕੀਤੇ ਆ ਜਿਹੜਾ, ਬੱਚੇ ਆਪਣੇ ਕਮਰਿਆਂ 'ਚ ਟੁੱਟ ਜਾਂਦੇ ਨੇ, ਮੈਂ ਤੇ ਬੀਵੀ ਤੇ ਬੱਚੇ ਅਸੀਂ ਆਪਣੀ ਕਮਰੇ 'ਚ ਟੁੱਟ ਜਾਂਦੇ ਹਾਂ, ਅਸੀਂ ਉੱਧਰ ਟੁੱਟ ਜਾਂਦੇ ਤੇ ਤੁਸੀਂ ਇਕੱਲੇ ਬੈਠੇ ਰਹਿੰਦੇ, ਇਹ ਗੱਲ ਹੁੰਦੀ ਕਿ ਤੁਹਾਨੂੰ ਸਾਥ ਚਾਹੀਦਾ। ਮੇਰੇ ਵਾਲੇ ਤੁਹਾਨੂੰ, ਮੇਰੇ ਵਾਲੂ ਨਾ ਅੱਗੇ ਨਾ ਸੀ, ਨਾਲੇ ਮੈਂ ਕੌਣ ਹੁੰਦਾ ਤੁਹਾਨੂੰ ਜਦ ਦੇਣਾ, ਗੱਲ ਵੀ ਕਰੀਏ ਤਾਂ ਵੀ ਤੂੰ ਕਰਦਾ ਗੱਲ ਤੇ ਸੁਣੋ ਨਾ, ਉਹ ਪਾਪਾ ਨਾ ਕਿਉਂ ਮਸ਼ਵਰਾ ਕਰਦੇ ਹੋ, ਜੇ ਤੁਸੀਂ ਸ਼ਾਦੀ ਕਰਨੀ ਤਾਂ ਕਰੋ, ਮੈਂ ਤੁਹਾਡੇ ਨਾਲ ਆਇਆ ਨੀ ਅਜ਼ਾਨ ਅਲੀ ਯੂਟਿਊਬਰ ਉਹਦੇ ਨਾਲ ਵੀ ਤਾਂ ਕਰਨੀ ਹੈ। ਗੱਲ ਸੁਣੋ, ਕੋਈ ਭੰਗੜੇ ਪਾਉਂਦਾ ਜਾਂ ਨਾ ਪਾਏ ਤੁਹਾਡੀ ਮਹਿੰਦੀ ਤੇ, ਮੈਂ ਤੇ ਪਾਉਂਦਾ ਉਹ। ਗੱਲ ਸੁਣੋ, ਸਹੀ ਗੱਲ, ਟੈਨਸ਼ਨ ਨੀ ਲੈਣੀ, ਮੈਂ ਆਵਾਂ ਭੰਗੜੇ ਸ਼ਿੰਗੜੇ ਪਾਉਣ ਵਾਸਤੇ, ਲੁੱਡੀਆਂ ਇਹਤਮਾਮ ਇਹ ਕੰਮ ਉਹ ਕੰਮ, ਬਰਤਨ ਰੋਟੀ ਛੋਟੀ ਸਭ ਕੁਝ ਮੇਰਾ ਹੋਏਗਾ, ਤੁਸੀਂ ਦੋ ਢੂਣੀਆਂ ਨੇ, ਇੱਕ ਆਪਣੇ ਵਾਸਤੇ ਇੱਕ ਮੇਰੇ ਵਾਸਤੇ, ਆਪਣਾ ਚੈਨਲ ਕਰਨਾ ਜਿਹੜੇ ਚਸਕੇ ਲੈਣਾ, ਖਲੋਗੇ ਤਾਲੀਆਂ ਮਰਵਾਉਣਾ ਚਸਕੇ ਲੈਣਾ, ਨਹੀਂ ਕੋਈ ਗੱਲ ਨੀ, ਤੁਹਾਨੂੰ ਪਤਾ ਮੈਂ ਸ਼ਰੀਫ ਹਾਂ। ਚੱਲ ਝੂਠਾ, ਪਤਾ ਕੀ ਗੱਲ, ਮੇਰੀ ਗੱਲ ਸੁਣੋ, ਕਰੋ ਤੁਸੀਂ ਵਿਆਹ ਜ਼ਰੂਰ ਕਰੋ ਤੁਹਾਡਾ ਸ਼ਰੀ ਆ ਕੇ, ਲੇਕਿਨ ਆ ਕੇ ਦੂਜੇ ਵੀ ਧੀਆਂ ਪੁੱਤਰ ਆ ਜਾਓ, ਉਹਨਾਂ ਨੂੰ ਪੁੱਛ ਲਓ, ਮੇਰੇ ਵੱਲ ਕੋਈ ਟੈਨਸ਼ਨ ਨਹੀਂ ਆ, ਕਰੋ ਜ਼ਰੂਰ, ਮੈਂ ਬੈਠੇ ਮੈਂ ਉਹਨਾਂ ਨੂੰ ਸੱਦੇ ਦਿੰਦਾ ਰਹਾ, ਪਰ ਜੋ ਵੀ ਆ ਉਹਨਾਂ ਨੂੰ ਪੁੱਛਣਾ ਤੇ ਹੈ, ਮੈਨੂੰ ਮੇਰੇ ਵੱਲ ਕੋਈ ਟੈਨਸ਼ਨ ਨਹੀਂ, ਮੈਂ ਤੁਹਾਡੇ ਨਾਲ 100%। ਇੱਕ ਅਰਜ਼ ਤੁਹਾਡੇ ਅੱਗੇ, ਸ਼ਰਤ ਸ਼ੁਰਤ ਨਹੀਂ ਆਏ, ਕਰਦੇ ਕਰ ਲਓ ਜੋ ਮਰਜ਼ੀ ਕਰ ਲਓ, ਮੈਂ ਤੁਹਾਡੇ ਨਾਲ, ਲੇਕਿਨ ਸਾਦਾ ਵਿਆਹ ਕਰਨਾ, ਨਹੀਂ ਕਰਨਾ ਹੀ ਵਾਕਿਆ, ਨਹੀਂ ਨਹੀਂ ਉਹ ਕਿਉਂ ਸਾਦਾ ਕਿਉਂ ਕਰਨਾ, ਗੱਲ ਸੁਣੀਆ ਮੇਰੀ ਧਿਆਨ, ਸਾਦਾ ਕਰਨਾ ਆ ਤੇਰੀ ਗੱਲ ਮਾਰਨਾ, ਮੈਂ ਜਿਹੜੇ ਅਸੀਂ ਰਹਾਂਦੇ ਕੁਆਲੀਆਂ, ਠੀਕ ਹੈ, ਕੁਆਲੀ ਕਰਵਾਉਣਾ, ਤੇਰਾ ਮੇਲਾ ਵਿਆਹ ਦੀ, ਉਸ ਤੋਂ ਬਾਅਦ ਅਸੀਂ ਦੱਸਦੇ ਰੱਖਾਂਦੇ ਟੋਲਕੀ, ਉਸ ਤੋਂ ਬਾਅਦ ਮਹਿੰਦੀ ਬਰਾਤ ਵਲੀਮਾ, ਉਸ ਤੋਂ ਬਾਅਦ ਫਿਰ ਵਿਆਹ ਮੁੱਕੇਦਾ, ਉਸ ਤੋਂ ਬਾਅਦ ਫਿਰ ਪਾਪਾ ਦਾਦਾ ਬੂ ਤੇ ਦਾਦੀ ਮਾਂ ਨਵੀਂ, ਕਿੱਥੇ ਜਾਂਦੇ ਹਨੀਮੂਨ ਤੇ, ਬੜਾ ਸਿਗਰ ਮੂਲ ਬਣੇ ਦਾ ਦਾਦਾ, ਉਹ ਕਹਿੰਦੇ ਨੇ ਆਪੋ ਉਹ ਮਾਰੀ ਗਈ, ਉਹ ਬਿਸਤੀ ਹੁੰਦੀ ਆ ਬੜਾ, ਤਨਾਂ ਵੀ ਬੜਾ ਬੰਦੀ, ਉਹਨੂੰ ਵੇਖਦੀ ਹੋਏ ਕਿਤੇ, ਜੇ ਇੰਜ ਕਰਨਾ ਜੇ ਫਿਰ ਅਸੀਂ ਕੋਣ ਜੇ ਵਿਆਹ ਕਰਨਾ, ਸਿੱਧੀ ਗੱਲ ਜੀ, ਹਾਂ ਮੇਰੇ ਵੱਲ ਨਾ ਜੇ, ਫਿਰ ਤੂੰ ਮਾਮਾ ਲੱਗਣਾ ਤੇਰੇ ਨਾਲ, ਤੁਸੀਂ ਉਹਦੇ ਚ ਕੀ ਕਰਾਉਣਾ, ਤੇਰੇ ਨਾਲ ਕਰਾਉਣਾ ਮੈਂ ਤੇਰੇ ਨਾਲ, ਨਾ ਮੈਂ ਉਹ ਬੱਚੂ, ਗੱਲ ਸੁਣੋ ਇੱਕ ਮਿੰਟ, ਮੈਂ ਆਵਾਂ ਤੇ ਵਿਆਹ ਚ ਰੌਣਕ ਲੱਗੇ ਦੀ ਨਾ, ਆ ਤੂੰ ਮਰਾਸੀ ਆ ਨਾ, ਰੌਣਕ ਲੱਗੇ ਇਨਸਾਨ ਦਾ ਪੁੱਤਰ ਬਣ, ਐਂ ਨੀ ਜੀ ਅਸੀਂ ਕਰਾਉਣਾ, ਜੇ ਫਿਰ ਜਾਓ ਬੱਚੂ ਜਾਓ ਇਹਨਾਂ ਦੇ ਨਾਲ ਜਾ ਕੇ ਕਰੋ, ਫਿਰ ਮੈਂ ਕੌਣ ਜੇ ਸ਼ਾਮਿਲ ਹੋਣਾ ਤੁਹਾਡੇ ਵਿਆਹ, ਤੁਸੀਂ ਉਹਨਾਂ ਦੀਆਂ ਗੱਲਾਂ ਚਾਹਣ ਲੱਗੇ ਹੋ, ਕਹੋ ਨਹੀਂ ਅਸੀਂ ਨਹੀਂ ਫਰਕ,
ਸ਼ਰਮ ਕਰ ਆਪਣੀ ਅਕਲ ਨੂੰ ਹੱਥ ਮਾਰ ਕੌਣ ਜੇ ਮਾਰਨਾ ਫਿਰ ਅਬੂ ਕੋਈ ਨੀ ਮੈਂ ਕੌਣ ਜੇ ਰਾਜੀ ਫਿਰ ਤੂੰ ਕਿਉਂ ਨੀ ਰਾਜੀ ਤੁਸੀਂ ਸੌਦਾ ਕਿਉਂ ਕਰਾਉਣਾ ਤੁਹਾਡਾ ਨੀ ਦਿਲ ਕਰਦਾ ਇੱਥੇ ਸੈਗਲੇ ਯੂਰਪ ਦੀਆਂ ਸੜਕਾਂ 'ਚ ਤੁਹਾਡਾ ਵਿਆਹ ਨਿਕਲੇ ਟੋਲਟ ਮੱਕੇ ਨਾਲ ਸੈਗਲੇ ਉਦੋਂ ਤੁਸੀਂ ਪਾਕਿਸਤਾਨ ਦਾ ਕਹਿੰਦੇ ਮੈਨੂੰ ਯੂਰਪ ਵਿੱਚ ਪਾਕਿਸਤਾਨ ਕਿੱਥੋਂ ਆ ਗਿਆ ਪਾਕਿਸਤਾਨ ਅਸੀਂ ਇੱਥੇ ਕਰਾਂਗੇ ਉਹਨੂੰ ਬੱਲੇ ਆ ਸਕਦਾ ਉਹ ਨਹੀਂ ਕੀ ਹੋ ਗਿਆ ਜੇ ਇੱਥੇ ਨਹੀਂ ਤੇ ਅਸੀਂ ਲੰਡਨ ਆਈ ਚ ਲੈ ਜਾਂਦੇ ਆਈ ਉਹਦੇ ਕੋਲ ਵੀਜ਼ਾ ਹੋਣਾ ਤੇ ਉਹਨੇ ਆਉਣਾ ਕਿ ਤੂੰ ਇੰਜ ਹੀ ਲੈ ਆਉਣਾ ਉਹ ਲਵਾਉਣਾ ਮੇਰਾ ਕੰਮ ਹੈ ਤੂੰ ਐਡਾ ਸੀਟ ਲਵਾਉਣਾ ਮੇਰਾ ਕੰਮ ਹੈ ਆਪਣੇ ਕਾਗਜ਼ ਬੜੇ ਮੁਸ਼ਕਲ ਬੰਦੇ ਸੀ ਤੇ ਲਵਾਉਣਾ ਯਾਰ ਇਹ ਬਾਚੋ ਗੱਲ ਸੁਣੋ ਗੱਲ ਸਿੱਧੀ ਕਰੋ ਦਰਬਾਨ ਮੇਰੀ ਗੱਲ ਸੁਣ ਮੈਂ ਦੰਦ ਭੰਨੂ ਨਾ ਬਸ ਵੀ ਕਰ ਚਵਲਾ ਮਾਰਨਾ ਮੈਂ ਤੁਸੀਂ ਮੇਰੇ ਨਾਲ ਗੱਲ ਕਰਨੀ ਤੁਸੀਂ ਉਤਰ ਕਿਤੇ ਲੱਗੇ ਹੋ ਗੱਲ ਕਹਿਣ ਲੱਗੇ ਨੇ ਸਾਦਾ ਕਰਨਾ ਤੁਸੀਂ ਕਹਿਣ ਲੱਗੇ ਹਾਂ ਸਾਦਾ ਹੀ ਕਰਨਾ ਤੁਸੀਂ ਉਹ ਨਹੀਂ ਕੁਆਲੀ ਕਰਨੀ ਹੈ 10 ਦਿਨ ਢੋਲ ਗਿਰੇ ਮੈਂ ਤੈਨੂੰ ਦੱਸਾਂ ਵੇਖੋ ਤੁਸੀਂ ਅਕਲ ਦਾ ਹਿਸਾਬ ਲਾ 10 ਦਿਨ ਢੋਲ ਗਿਰੇ ਇਹ ਕਿਹੜਾ ਨਵਾਂ ਰਿਵਾਜ ਹੈ 1 ਦਿਨ ਢੋਲ ਗਈ ਹੁੰਦੀ 2 ਦਿਨ ਮੈਂ ਕੱਢਿਆ ਤੂੰ ਕੱਢਿਆ ਮੈਂ 2024 ਸਿੰਪਲ ਤੈਨੂੰ ਨੀ ਸਮਝ ਸਿੰਪਲ ਹੀ ਸਹੀ ਗੱਲ ਹਰ ਚੀਜ਼ ਮਿਆਨਾ ਰਵੀ ਰਵੇ ਉਹ ਸੋਹਣੀ ਲੱਗਦੀ ਹੈ ਮਿਆਨਾ ਰਵੀਆ ਤੁਸੀਂ ਬਹੁਤੇ ਲੋ ਲੈਵਲ ਘਰ ਛੜੀ ਸੁਣੀ ਹੈ ਢੋਲ ਵੱਜ ਰਹੇ ਨੇ ਇਹ ਹੋ ਰਿਹਾ ਤਮਾਸ਼ਾ ਸੀ ਲਵਾਣਾ ਢੋਲ ਢਮਾਕੇ ਹੋ ਰਹੇ ਨੇ ਉਸੇ ਮੂਵੀ ਸ਼ੂਵੀ ਵੀ ਬਣਵਾ ਦੇ ਉਹ ਮੂਵੀ ਬਣਵਾ ਡਰੋਨ ਕੈਮਰੇ ਉੱਡਣ ਦੇ ਲੈਵਲ ਤੇਰੇ ਕੋਲ ਆਪਣਾ ਡਰੋਨ ਕੈਮਰਾ ਹੈ ਨਾ ਜੀ ਮੂਵੀਆਂ ਵੀਡੀਓ ਜਿੰਨੀ ਬਣਾਉਣਾ ਉਹ ਨਹੀਂ ਭਾਈ ਮੂਵੀ ਬਣਾ ਲਈ ਤੈਨੂੰ ਜਾਗਦਾ ਲੈ ਢੋਲ ਢਮਾਕੇ ਸਪੈਸ਼ਲ ਅਸੀਂ ਕੀ ਕਰਵਾ ਦੇ ਹੈਲੀਕਾਪਟਰ ਆਏ ਉਹਦਾ ਇੱਕ ਵਾਰੀ ਬਰਾਤ ਆਏ ਹੈਲੀਕਾਪਟਰ ਉਹ ਮੈਂ ਲਫ਼ਜ਼ ਨਹੀਂ ਬੋਲਣਾ ਚਾਹੀਦਾ ਨਹੀਂ ਤੇ ਮੇਰੇ ਕੋਲ ਅੱਡੀ ਮਿਸਾਲ ਹੈ ਨਾ ਤੇਰੇ ਨਾਸਾਂ ਵੀ ਸਾੜ ਜਾਣ ਸਾਦਾ ਕਰਨਾ ਇਹਦੇ ਬਿਸ਼ਕ ਕਰੋ ਚਲੋ ਠੀਕ ਸ਼ਰੀ ਆ ਕੇ ਤੁਹਾਨੂੰ ਇਹਦੇ ਕੋਈ ਮਸਲਾ ਪਾ ਲੈ ਜਿੰਨੇ ਤਮਾਸ਼ਬੀਆਂ ਕਰਨਾ ਇੰਜ ਵੀ ਕੋਈ ਕਰਦਾ ਓਏ ਉਹ ਵੀ ਮਾੜੇ ਨੇ ਉਹ ਕਿਹੜਾ ਤਗੜੇ ਮਾੜੇ ਦੀ ਨਹੀਂ ਗੱਲ ਤੁਸੀਂ ਕਰ ਲਿਓ ਉਹਨਾਂ ਨੂੰ ਸਭ ਕੁਝ ਉਹ ਕੋਈ ਮਸਲਾ ਉਹ ਤੁਸੀਂ ਕਰ ਲਿਓ ਸਭ ਲੇਕਿਨ ਇਹ ਅੱਗੇ ਜਿਹੜੀਆਂ ਇਹ ਤਮਾਸ਼ਬੀਆਂ ਕਰਨਾ ਬਿਸਤੀ ਹੈ ਨਹੀਂ ਨਹੀਂ ਇੰਜ ਤੇ ਫਿਰ ਬਹੁਤੀ ਹੈ ਸਾਰੇ ਬਲਾਦਰੀ ਵੀ ਜੁੱਤੀਆਂ ਮਾਰੇ ਦੀ ਇਹਦਾ ਦਿਮਾਗ ਖਰਾਬ ਤੁਸੀਂ
ਕੇ ਦਿਆ ਪੁੱਤਰਾ। ਉਹ ਕੀ ਹੋ ਗਿਆ ਜੇ ਪ੍ਰੈਂਕ ਹੋ ਗਿਆ? ਕਿਹੜਾ ਵਿਆਹ, ਕਿਹੜੀ ਬਰਾ, ਕਿਹੜੀ ਮਹਿੰਦੀ, ਕਿਹੜੇ ਟੋਲ, ਕਿਹੜੀ ਬਰਾ, ਪ੍ਰੈਂਕ ਹੋ ਗਿਆ? ਕਦਾ ਪ੍ਰੈਂਕ ਹੋ ਗਿਆ? ਕਦਾ ਤੁਸੀਂ ਕਹਿੰਦੇ ਪ੍ਰੈਂਕ ਬਣੀ? ਬਾਅਦ ਦੱਸਣ ਪ੍ਰੈਂਕ ਕਰਦੇ ਮੈਂ ਇੱਕ ਮਿੰਟ, ਪ੍ਰੈਂਕ ਨਹੀਂ ਲੈਵਲ ਹੋ ਗਿਆ, ਬੋਲਿਓ ਲੈਵਲ ਹੋ ਗਿਆ ਪਰਦੇ ਪਿੱਛੇ ਇੱਕ ਮਿੰਟ ਚੈੱਕ ਕਰੀਓ ਲੈਵਲ, ਉਹ ਟੀਵੀ ਦੇ ਪਿੱਛੇ ਇੱਕ ਮਿੰਟ ਚੈੱਕ ਕਰੀਓ। ਅੱਜ ਤੋਂ ਯਾਰ ਵਾਕਈ ਹੀ ਚਾਸ ਆ ਗਿਆ ਦਾਦਾ, ਤੁਸੀਂ ਤਾਂ ਕਮਾਲ ਹੀ ਕਰ ਛੜਿਆ, ਹਾਏ ਲੈਵਲ ਹੋ ਗਿਆ, ਹਾਏ ਕੀ ਆਈ ਬਾਤ ਹੈ। ਹਾਂਜੀ ਪਾਪਾ ਜੀ, ਕਿਉਂ ਬਾਈ ਮਜ਼ਾ ਆ ਗਿਆ? ਮੈਂ ਬੜਾ ਖੁਸ਼ ਹੋਇਆ ਮੈਂ। ਤੁਸੀਂ ਤਾਂ ਰੋਜ਼ੀ ਹੋ ਗਏ ਸੋ? ਉਹਨਾਂ ਦਾ ਸ਼ਰੀ ਆ ਕੇ ਮੈਂ ਰਾਜ਼ੀ ਹੋਣਾ ਸੀ, ਮੈਂ ਕਿਹੜਾ ਨਾ ਕਰਕੇ ਮੈਂ ਅੱਲਾ ਦੇ ਅਜ਼ਾਬ ਵਿੱਚ ਫਸਣਾ ਸੀ, ਉਹਨਾਂ ਦਾ ਸ਼ਰੀ ਆ ਕੇ ਕਰ ਸਕਦੇ, ਲੇਕਿਨ ਮੈਂ ਖੁਸ਼ ਹੋ ਗਿਆ। ਚਲੋ ਮਹਾਰੀ ਲੱਭ ਜਾਂਦੇ ਫੇਰ ਕੋਈ 7-8 ਸਾਲ ਬਾਅਦ। ਓ ਯਾਰ ਤੇਰੇ ਇੱਕ ਵਾਰ ਤੈਨੂੰ ਮੈਂ ਦੱਸਣਾ ਬੰਦ ਕਰ ਫੇਰ। ਓ ਯਾਰ ਚਲੇ ਠੀਕ ਹੈ, ਇਸੇ ਪਹਿਲੇ ਕਿ ਮੁਝੇ ਹੋਰ ਮਾਰ ਪਾ ਜੀ। ਆ ਯਾਰ ਵਾਕਈ ਹੀ ਚਾਸ ਹੋ ਗਿਆ, ਬਹੁਤ ਜ਼ਿਆਦਾ ਸ਼ੁਗਰ ਲੱਗਾ, ਠੀਕ ਹੈ ਹੋ ਬੜੀ ਆਪਣੀ ਨਾਲ ਇਹ ਵਾਲੀ ਵੀਡੀਓ ਇੰਜੋਏ ਕਿਉਂਕਿ। ਤਾਂ ਭਾਅ ਜੀ ਅੱਜ ਵਾਲਾ ਜਿੰਮ ਤੁਹਾਨੂੰ ਕਰਦੇ ਹਾਂ, ਵੀਡੀਓ ਕੋਲ ਸ਼ੇਅਰ ਹੋ ਚੰਗਾ, ਸਬਸਕ੍ਰਾਈਬ ਕਰ ਜੇਗਾ ਆਪਣਾ, ਬਹੁਤ ਸਾਰਾ ਖਿਆਲ ਰੱਖੇਗਾ। ਅੱਲਾ ਹਾਫਿਜ਼।